ਕਿਸਾਨ ਦੋਸਤੋ ਪੰਜਾਬ ਦੇ ਵਿੱਚ ਜੋ ਨਵੀਂ ਖੇਤੀ ਰੀਤੀ ਬਣ ਰਹੀ ਹੈ ਜਾਂ ਜੋ ਖੇਤੀ ਵਿਭਿੰਨਤਾ ਇਹਦੇ ਵਿੱਚ ਜਿਹੜੀ ਨਰਮੇ ਦੀ ਫਸਲ ਹੈ ਇੱਕ ਬਹੁਤ ਵੱਡਾ ਸਥਾਨ ਰੱਖਦੀ ਹੈ ਤੇ ਪੰਜਾਬ ਸਰਕਾਰ ਉਹਨਾਂ ਸਰ ਬਹੁਤ ਕੋਸ਼ਿਸ਼ ਕੀਤੀ ਗਈ ਹੈ ਕਿ ਨਰਮੇ ਦੇ hecta ਵਧਾਇਆ ਜਾਵੇ ਤਾਂ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ ਜਾ ਸਕੇ ਪਰੰਤੂ ਇਸ ਦੇ ਬਾਵਜੂਦ ਨਰਮੇ ਦੇ ਸੰਬੰਧੀ ਜਿਹੜਾ ਕਿਸਾਨਾਂ ਦਾ ਪਿਛਲਾ ਖੱਟਾ ਤਜਰਬਾ ਹੈ ਉਹਦੇ ਕਾਰਨ ਨਰਮੇ ਥੱਲੇ ਰਕਬਾ ਨਹੀਂ ਵਸ ਸਕਿਆ ਤੇ ਨਰਮੇ ਥੱਲੇ ਬਜਾਈ ਬਹੁਤ ਘੱਟ ਹੋਈ ਐ। ਉਹ ਤਾਂ ਇੱਕ ਅਲੱਗ ਗੱਲ ਐ ਪਰੰਤੂ ਇਸ ਦੇ ਨਾਲ-ਨਾਲ ਜਿਹੜਾ ਪਿਛਲੇ ਦਿਨੀ ਅਸੀਂ ਨਰਮੇ ਦਾ ਸਰਵੇ ਕੀਤਾ ਵੱਖ-ਵੱਖ ਖੇਤਾਂ ਜਾ ਕੇ ਤਾਂ ਉੱਥੇ ਹਾਲਾਤ ਚੰਗੇ ਨਜ਼ਰ ਨਹੀਂ ਆ ਰਹੇ। ਚੰਗੇ ਨਜ਼ਰ ਕੀ ਨਹੀਂ ਆ ਰਹੇ? ਇਹ ਆ ਰਿਹਾ ਕਿ ਗਲਾਬੀ ਸੁੰਡੀ ਦਾ ਹਮਲਾ ਹੁਣੇ ਤੋਂ ਹੀ ਨਰਮੇ ਦੇ ਖੇਤਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਐ। ਤੇ ਜਿਹੜਾ ਕਿ ਇੱਕ ਖਤਰੇ ਦੀ ਘੰਟੀ ਐ। ਜੇਕਰ ਅੱਜ ਦੇ ਹਾਲਾਤ ਨੂੰ ਮੁੱਖ ਰੱਖ ਕੇ ਚੱਲੀਏ ਦੇਖੋ ਗੱਲ ਇਹ ਹੁੰਦੀ ਐ ਕਿ ਜਿਹੜਾ ਕੀਟ ਪਤੰਗੇ ਹੈਗੇ ਐ ਇਹਨਾਂ ਦਾ ਜਿਹੜਾ ਹਮਲਾ ਇਹ ਮੌਸਮ ਦੀਆਂ ਪ੍ਰਸਥਿਤੀਆਂ ਦੇ ਉੱਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ ਕੁਦਰਤੀ ਤੌਰ ਤੇ ਕੱਲ ਨੂੰ ਇਹ ਕੰਟਰੋਲ ਵੀ ਹੋ ਸਕਦਾ ਹੈ ਤੇ ਕੱਲ ਨੂੰ ਇਹ ਤੇਜ਼ੀ ਨਾਲ ਅੱਗੇ ਵੀ ਵੱਧ ਸਕਦਾ ਹੈ ਪਰੰਤੂ ਜੋ ਵਜਜਦੇ ਹਾਲਾਤ ਨੇ ਅੱਜ ਦੇ ਹਾਲਾਤ ਦੇ ਅਨੁਸਾਰ ਇਹ ਜਿਹੜਾ ਹੈਗਾ ਇੱਕ ਚੰਗੀ ਨਿਸ਼ਾਨੀ ਨਹੀਂ ਹੈਗੀ ਜੇ ਅੱਜ ਦੇ ਹਾਲਾਤ ਦੇਖੀਏ ਤਾਂ ਹਾਲਾਤ ਚੰਗੇ ਨਹੀਂ ਹੈਗੇ ਤੇ ਇਸ ਸਮੇਂ ਸਾਨੂੰ ਜ਼ਰੂਰਤ ਹੈ ਕਿ ਅਸੀਂ ਲਗਾਤਾਰ ਖੇਤਾਂ ਦਾ ਸਰਵੇਖਣ ਕਰੀਏ ਕੱਲਾ ਖੇਤਾਂ ਦਾ ਸਰਵੇਖਣ ਹੀ ਨਾ ਕਰੀਏ ਇਹਦੇ ਨਾਲ ਨਾਲ ਜਿਹੜੇ ਕੰਟਰੋਲ ਹੈਗੇ ਆ ਉਹ ਵੀ ਕਰੀਏ ਜੇ ਅੱਜ ਦੇ ਹਾਲਾਤ ਦੇਖੀਏ ਤਾਂ ਸਥਿਤੀ ਚੰਗੀ ਨਹੀਂ ਹੈਗੀ ਤਾਂ ਇਹ ਵੀ ਨਹੀਂ ਹੈਗਾ ਕਿ ਇਸ ਸਥਿਤੀ ਤੋਂ ਡਰ ਕੇ ਰਹਿਣਾ ਗੱਲ ਸਿਰਫ ਇੰਨੀ ਹੈ ਕਿ ਟਾਈਮ ਸਰ ਖੇਤਾਂ ਦਾ ਸਰਵੇਖਣ ਕੀਤਾ ਜਾਵੇ ਕੱਲਾ ਸਰਵੇਖਣ ਹੀ ਨਹੀਂ ਕਰਨਾ ਜਰੂਰਤ ਦੇ ਅਨਸਾਰ ਜਿਵੇਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਰਿਕਮੈਂਡੇਸ਼ਨ ਹੈ ਉਸ ਹਿਸਾਬ ਦੇ ਨਾਲ ਦਵਾਈਆਂ ਖੇਤਾਂ ਦੇ ਵਿੱਚ ਵਰਤੀਆਂ ਜਾਂਦੀਆਂ ਸਭ ਤੋਂ ਪਹਿਲਾਂ ਤੁਸੀਂ ਇੱਕ ਇਹ ਦੇਖੋ ਜੋ ਖੇਤੀ ਵਿਗਿਆਨ ਕੇਂਦਰ ਬਠਿੰਡਾ ਨੇ ਆਪਣਾ ਇੱਕ ਚਾਰਟ ਜਾਰੀ ਕੀਤਾ ਹੈ ਇਹ ਕੀ ਕਹਿੰਦੇ ਹੈ ਕਿ ਇਹ ਕੀੜਾ ਫੁੱਲਾਂ ਦੀਆਂ ਪੱਤੀਆਂ ਨੂੰ ਜੋੜ ਕੇ ਜਿਵੇਂ ਆ ਭਮੀਰੀ ਬਣੀ ਇਸ ਤਰ੍ਹਾਂ ਭਮੀਰੀ ਵਾਂਗ ਬਣਾ ਲੈਂਦਾ ਤੇ ਅੰਦਰੋਂ ਅੰਦਰੀਏ ਨੂੰ ਖਾਂਦਾ ਦਿੰਦਾ ਤੇ ਕੱਲ ਨੂੰ ਇਹ ਟੀਂਡੇ ਆ ਉਹ ਵੀ ਪੂਰੇ ਨਹੀਂ ਖੜਨੇ ਇਹਦੇ ਵਾਸਤੇ ਖੇਤ ਦੇ ਵਿੱਚ ਸਰਵੇਖਣ ਕਰੋ ਜੇ 5% ਤਾਜੀ ਕੀੜੀ ਫੁੱਲ ਡੋਡੀ ਕਾਣੀ ਹੋਵੇ ਤਾਂ ਕਿਸੇ ਇੱਕ ਕੀਟਨਾਸ਼ਕ ਨੂੰ ਜਿਹੜੀ ਅੱਗੇ ਆਪਾਂ ਗੱਲ ਕਰਦਾਂਗੇ ਉਹਦੀ ਸਪਰੇਅ ਤੁਸੀਂ ਕਰ ਸਕਦੇ ਹੋ ਠੀਕ ਕਰ ਸਕਦੇ ਹੋ ਤਾਂ ਇਹ ਜੀ ਸੁੰਡੀ ਹੈ ਇਹ ਆਪ ਮੱਕੜ ਹੈ ਇਹ ਫੁੱਲ ਹੈ ਇਹ ਅੰਦਰ ਟਿੰਡੇ ਨੂੰ ਖਾ ਰਹੀ ਹੈ ਤਾਂ ਧਿਆਨ ਸਿਰਫ ਇਹ ਚ ਰੱਖਣ ਵਾਲੇ ਹੈਗਾ ਕਿ ਲਗਾਤਾਰ ਸਰਵੇਖਣ ਕਰੋ ਖੇਤੀਬਾੜੀ ਵਿਭਾਗ ਦੇ ਨਾਲ ਸੰਪਰਕ ਵਿੱਚ ਰਹੋ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸੰਪਰਕ ਵਿੱਚ ਰਹੋ ਫਾਲਤੂ ਗਲਤ ਜੜਾਂ ਦੇ ਵਰਤੋਂ ਨਾ ਕਰੋ ਧਿਆਨ ਇਹ ਰਵੇ ਕਿ ਤੁਸੀਂ ਹੁਣੇ ਤੋਂ ਜਿਹੜੇ ਸੰਥੈਟਿਕ ਪੈਰਾਥਰਾਇਡ ਆ ਉਹਨਾਂ ਦੀ ਵਰਤੋਂ ਨਾ ਕਰੋ ਅੱਜ ਸਤੰਬਰ ਤੋਂ ਪਹਿਲਾਂ ਇਹਨਾਂ ਦੀ ਵਰਤੋਂ ਨਹੀਂ ਕਰਨੀ ਤਾਂ ਹੁਣ ਤੁਹਾਡੇ ਕੋਲੇ ਕਰਨਾ ਹੈ ਤੇ ਜਿਹੜੀਆਂ ਸਪਰੇਆਂ ਐ ਇਹਨਾਂ ਨੇ ਇੱਕ ਲਿਸਟ ਦਿੱਤੀ ਐ ਇਹ ਤੁਸੀਂ ਲਿਸਟ ਦੇਖ ਸਕਦੇ ਹੋ ਜੇਕਰ ਈਟੀਆ ਲੈਵਲ ਤੋਂ ਉੱਪਰ ਸੁੰਢੀ ਹੈ ਤਾਂ ਇਹਨਾਂ ਦੇ ਵਿੱਚੋਂ ਕੋਈ ਐਕਸਪਰੇ ਕਰਕੇ ਤੁਸੀਂ ਉਹਦਾ ਕੰਟਰੋਲ ਕਰ ਸਕਦੇ ਹੋ ਜਿਵੇਂ ਕਿ ਐਮਾ ਮੈਕਟਨ ਬੈਂਜੋਇਟ ਐ ਪ੍ਰੋਕਲੇਮ ਵਾਲਾ ਸਾਲਟ 100 ਗ੍ਰਾਮ ਪ੍ਰਤੀ ਕਿੱਲਾ ਇਹਨੂੰ ਸਵਾ 100 ਤੋਂ 150 ਲੀਟਰ ਪਾਣੀ ਚ ਘੋਲ ਕੇ ਸਪਰੇਅ ਕਰਨਾ ਹੈ ਕਾਰਬਾਮੇਡ ਗਰੁੱਪ ਦੀ ਹੈਈ ਹੈ ਲਾਰਵਿਨ 75 ਵਪੀ ਵਾਲਾ ਸਾਲਟ ਥਾਇਓਡਿਕਾਰਬ 8 250 ਗ੍ਰਾਮ ਪ੍ਰਤੀ ਕਿੱਲਾ ਜਾਂ ਆਪਣੇ ਕੋਲ ਪ੍ਰੋਪੈਨੋਫੋਸ ਸਾਲਟ ਆਉਂਦਾ ਬਜ਼ਾਰ ਨਾਮ ਜਿਵੇਂ ਕਿਉਰਾਕਰੋਨ ਕਰੀਨਾ ਪ੍ਰੋਫੈਕਸ ਸਿਲਕਰਾਨ 50 ਇਸ ਦੇ ਨਾਮ ਤੇ ਆਉਂਦਾ ਇਹ ਅੱਧਾ ਲੀਟਰ ਕਿੱਲੇ ਦੇ ਵਿੱਚ ਆਪਾਂ ਵਰਤ ਸਕਦੇ ਹਾਂ ਠੀਕ ਹੈ ਇਥੇ ਆਨ ਜਿੰਜੀ ਫਾਸਮਾਈਟ ਈ ਮਾਈਟ ਬੋਲਥਿਆਨ 50 ਇਸੀ ਨਾਮ ਤੇ ਆਉਂਦਾ ਹੈ 800 ਮਿਲੀਲੀਟਰ ਪ੍ਰਤੀ ਏਕੜ ਤੁਸੀਂ ਇਹਨੂੰ ਵਰਤ ਸਕਦੇ ਹੋ ਜਾਂ ਫਿਰ ਜਿਹੜਾ ਫੇਮ ਵਾਲਾ ਸਾਲਟ ਹੈ ਇਹ ਤੁਸੀਂ 40 ਮਿਲੀਲੀਟਰ ਪ੍ਰਤੀ ਕਿਲੇਰਾ ਵਰਤ ਕੇ ਸਪਰੇਅ ਕਰਕੇ ਐ ਸੁੰਡੀ ਦਾ ਕੰਟਰੋਲ ਕਰ ਸਕਦੇ ਹਾਂ ਮੈਂ ਸਿਰਫ ਇੱਥੇ ਇਹ ਹੀ ਸੁਝਾਅ ਦੇਣਾ ਚਾਹਾਂਗਾ ਕਿ ਦੱਬੀ ਆਵਾਜ਼ ਦੇ ਵਿੱਚ ਜੋ ਇਸ ਦੇ ਉੱਪਰ ਚਰਚਾ ਚੱਲ ਰਹੀ ਹੈ ਉਹ ਇਹ ਹੀ ਹੈ ਕਿ ਜੇ ਤਾ ਹਾਲਾਤ ਇਸੇ ਤਰੀਕੇ ਦੇ ਰਹਿੰਦੇ ਹੈ ਤਾਂ ਹੋ ਸਕਦਾ ਹੈ ਕਿ ਹਾਲਾਤ ਖਰਾਬ ਵੀ ਹੋ ਜਾਣ। ਹਾਂ, ਕੁਦਰਤ ਚਾਵੇ ਕੁਝ ਵੀ ਹੋ ਸਕਦਾ ਹੈ। ਕੱਲ ਨੂੰ ਮੌਸਮ ਬਦਲਦਾ ਹੈ, ਹਾਲਾਤ ਬਦਲਦੇ ਹੈ ਤਾਂ ਉਸ ਸਮੇਂ ਸੁੰਡੀ ਦਾ ਕੰਟਰੋਲ ਵਧੀਆ ਠੀਕ ਨਾ ਹੋ ਵੀ ਸਕਦਾ। ਪਰੰਤੂ ਜੇਕਰ ਤੁਸੀਂ ਲਗਾਤਾਰ ਮਾਰਾਂ ਦੀ ਸਹਾਇਤਾ ਦੇ ਨਾਲ ਦੇਖੋ ਸੋਸ਼ਲ ਮੀਡੀਆ ਤੇ ਨਰਮੇ ਦੇ ਚੱਕਰ ਦੇ ਵਿੱਚ ਸੋਸ਼ਲ ਮੀਡੀਆ ਤੇ ਭਰੋਸਾ ਨਾ ਕਰੋ। ਖੇਤੀ ਮਾਰਾਂ ਦੇ ਨਾਲ ਸੰਪਰਕ ਕਰੋ। ਤੁਹਾਡੇ ਪਿੰਡਾਂ ਤੱਕ ਖੇਤੀ ਮਾਰ ਲਗਾਤਾਰ ਸਰਵੇਖਣ ਕਰਨ ਪਹੁੰਚ ਰਹੇ ਹੈ। ਉਹਨਾਂ ਦੇ ਨਾਲ ਸੰਪਰਕ ਕਰੋ ਜੇ ਨਹੀਂ ਆ ਰਹੇ ਤਾਂ ਆਪ ਜਾ ਕੇ ਸੰਪਰਕ ਕਰੋ ਤਾਂ ਜੋ ਟਾਈਮ ਸਹਿਰ ਤੁਹਾਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਉਹ ਜਾਣਕਾਰੀ ਨੂੰ ਫੋਲੋ ਕਰੋ ਤਾਂ ਹੀ ਤੁਸੀਂ ਨਰਮਿਆ ਦੀ ਫਸਲ ਨੂੰ ਜਿਹੜਾ ਹੈਗਾ ਸਿਰੇ ਲਾ ਸਕਦੇ ਹੋ ਬਚਾ ਸਕਦੇ ਹੋ ਜੇ ਮੇਰਾ ਕੋਈ ਪਰਸਨਲ ਵਿਚਾਰ ਜਾਨਣਾ ਚਾਹੁੰਦਾ ਹੈ ਤਾਂ ਮੈਂ ਇਹ ਹੀ ਕਹਾਂਗਾ ਕਿ ਜਿਸ ਕਿਸੇ ਕਿਸਾਨ ਵੀਰ ਕੋਲ ਝੋਨਾ ਲਾਉਣ ਦੀ ਆਪਸ਼ਨ ਹੈ ਤਾਂ ਉਹ ਆਪਣੀ ਪਨੀਰੀ ਨੂੰ ਸਾਈਡ ਤੇ ਬੀਜ ਕੇ ਰੱਖੇ ਜੇਕਰ ਅਗਲੇ 25 ਤੋਂ 30 ਦਿਨ ਦੇ ਵਿੱਚ ਹਾਲਾਤ ਖਰਾਬ ਹੁੰਦੇ ਐ ਤਾਂ ਉਸ ਸਮੇਂ ਕਿਸਾਨ ਉਸ ਪਾਸੇ ਸ਼ਿਫਟ ਕਰ ਸਕਦਾ ਹੈ ਜਿੱਥੇ ਕਿਤੇ ਝੋਨੇ ਦੀ ਕੋਈ ਆਪਸ਼ਨ ਹੀ ਨਹੀਂ ਹੈਗੀ ਕੇਵਲ ਤੇ ਕੇਵਲ ਕਿਸਾਨ ਨਰਮੇ ਦੇ ਉੱਪਰ ਡਿਪੈਂਡੈਂਟ ਹੈਗਾ ਤਾਂ ਉਸਦੇ ਲਈ ਜ਼ਰੂਰੀ ਹੈ ਕਿ ਨਰਮੇ ਦੀ ਫਸਲ ਨੂੰ ਲਾਹੇਵੰਦ ਤਰੀਕੇ ਦੇ ਨਾਲ ਲਾਭ ਕਮਾਉਣ ਵਾਸਤੇ ਤੇ ਸੁੰਡੀ ਤੋਂ ਬਚਾਉਣ ਵਾਸਤੇ ਖੇਤੀ ਮਾਰਾਂ ਦੇ ਨਾਲ ਸੰਪਰਕ ਜ਼ਰੂਰ ਰੱਖੋ ਤੁਹਾਡੇ ਨੇੜੇ ਦਾ ਕ੍ਰਿਸ਼ੀ ਵਿਗਿਆਨ ਕੇਂਦਰ ਹੈ ਬਲਾ ਖੇਤੀਬਾੜੀ ਦਫ਼ਤਰ ਹੈ ਜਾਂ ਆਤਮਾ ਦਾ ਦਫ਼ਤਰ ਹੈ ਉੱਥੇ ਮਾਰਾਂ ਦੇ ਨਾਲ ਗੱਲ ਕਰੋ ਤੇ ਜੋ ਤੁਹਾਨੂੰ ਟਾਈਮ ਸਰ ਉਹਨਾਂ ਵੱਲੋਂ ਜਾਣਕਾਰੀ ਇਸ਼ੂ ਕੀਤੀ ਜਾ ਰਹੀ ਹੈ ਜੋ ਜਾਣ ਕੇ ਦਿੱਤੀ ਜਾਂਦੀ ਹੈ ਉਸੇ ਤਰੀਕੇ ਨਾਲ ਚੱਲੋ ਜੇ ਆਪਣੇ ਤਰੀਕੇ ਦੇ ਨਾਲ ਗਲਤ ਦਵਾਈਆਂ ਵਰਤਣੀਆਂ ਸ਼ੁਰੂ ਕਰੋਗੇ ਤਾਂ ਫੇਰ ਭਾਵੇਂ ਕਿ ਤੁਸੀਂ ਗੁਲਾਬੀ ਸੁੰਡੀ ਨੂੰ ਇੱਕ ਵਾਰੀ ਮਾਰ ਵੀ ਲਵੋ ਤਾਂ ਤੁਹਾਡੇ ਕੋਲੇ ਚਿੱਟੀ ਮੱਖੀ ਹੈ ਜੂ ਹੈ ਜਾਂ ਹੋਰ ਚੀਜ਼ਾਂ ਵਾਲੇ ਪਾਸੇ ਆ ਕੇ ਤੁਸੀਂ ਉਹਨਾਂ ਦਾ ਕੰਮ ਖਰਾਬ ਕਰ ਲੋਗੇ ਐਸ ਕਰਕੇ ਮਾਰਾਂ ਦੀ ਰਾਏ ਤੋਂ ਬਾਹਰ ਨਾ ਜਾਓ ਆਪਣੇ ਖੇਤ ਦਾ ਸਰਵੇਖਣ ਕਰਦੇ ਰਹੋ ਈਟੀਐ ਲੈਵਲ ਦਾ ਧਿਆਨ ਰੱਖੋ ਤੇ ਜਿਵੇਂ ਮਾਰ ਕਹਿੰਦੇ ਆ ਉਸੇ ਤਰੀਕੇ ਦੇ ਨਾਲ ਅੱਗੇ ਚੱਲੋ ਉਮੀਦ ਕਰਦਾ ਹਾਂ ਕਿ ਨਰਮੇ ਵਾਲੇ ਕਿਸਾਨ ਵੀ ਅਵੇਅਰ ਹੋਣਗੇ ਜਿਵੇਂ ਫੁੱਲ ਗੁੱਡੀ ਚੱਕਦਾ ਉਸੇ ਸਮੇਂ ਦੇਖਣਗੇ ਮੇਰੇ ਖੇਤ ਚ ਕਿੰਨੀ ਕੁ ਭੁਮੀਰੀ ਬਣ ਰਹੀ ਹੈ ਮੇਰੇ ਖੇਤ ਦੇ ਵਿੱਚ ਸੁੰਡੀ ਦਾ ਅਟੈਕ ਆਇਆ ਜਾਂ ਨਹੀਂ ਆਇਆ ਕਿਉਂਕਿ ਜੇਕਰ ਤੁਸੀਂ ਅਵੇਅਰ ਰਹੋਗੇ ਜੇਕਰ ਤੁਸੀਂ ਲਗਾਤਾਰ ਖੇਤ ਦਾ ਨਿਰੀਖਣ ਕਰੋਗੇ ਤਾਂ ਹੀ ਬਚ ਸਕੋਗੇ ਨਹੀਂ ਨਹੀਂ ਤਾਂ ਇਹ ਸੁੰਡੀ ਤੁਹਾਡੇ ਖੇਤ ਦਾ ਨੁਕਸਾਨ ਕਰ ਸਕਦੀ ਹੈ। ਧੰਨਵਾਦ ਦੋਸਤੋ ਮੇਰ ਬਣ ਦੋਸਤੋ